ਪਟਿਆਲਾ ਵਿੱਚ ਵਿਜੀਲੈਂਸ ਟੀਮ ਨੂੰ ਉਸ ਵੇਲੇ ਵੱਡੀ ਸਫਲਤਾ ਹੱਥ ਲੱਗੀ ਹੈ ਜਦੋਂ ਟੀਮ ਨੇ ਸੰਗਰੂਰ ਵਿੱਚ ਤਾਇਨਾਤ ਇੱਕ ਮਹਿਲਾ ਪਟਵਾਰੀ ਨੂੰ ਇੱਕ ਕਿਸਾਨ ਦੇ ਕੋਲੋਂ ਜ਼ਮੀਨ ਦਾ ਇੰਤਕਾਲ ਚੜਵਾਉਣ ਦੇ ਬਦਲੇ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕਰ ਲਿਆ। ਜਾਣਕਾਰੀ ਦਿੰਦਿਆਂ ਵਿਜੀਲੈਂਸ ਇੰਸਪੈਕਟਰ ਪਰਮਜੀਤ ਕੌਰ ਨੇ ਦੱਸਿਆ ਹੈ ਕਿ ਅਨੂਪ ਸਿੰਘ ਨਾਮੀ ਕਿਸਾਨ ਨੇ ਉਹਨਾਂ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਜ਼ਮੀਨ ਦਾ ਇੰਤਕਾਲ ਚੜਵਾਉਣ ਬਦਲੇ ਪਟਵਾਰੀ ਭੁਪਿੰਦਰ 11,000 ਤੋਂ ਵੱਧ ਦੀ ਰਿਸ਼ਵਤ ਮੰਗ ਰਹੀ ਹੈ ਅਤੇ ਸੌਦਾ 9,500 ਦੇ ਵਿੱਚ ਤੈਅ ਹੋਇਆ, ਜਿਸ ਦੀ ਸੂਚਨਾ ਕਿਸਾਨ ਨੇ ਵਿਜੀਲੈਂਸ ਵਿਭਾਗ ਨੂੰ ਦਿੱਤੀ। ਜਿਸ ਸਮੇਂ ਕਿਸਾਨ ਪਟਵਾਰੀ ਨੂੰ ਪੈਸੇ ਦੇ ਰਿਹਾ ਸੀ ਤਾਂ ਵਿਜੀਲੈਂਸ ਟੀਮ ਨੇ ਪਟਵਾਰੀ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੰਤਕਾਲ ਦੀ ਦਰੁਸਤਗੀ ਤੇ ਵਿਰਾਸਤੀ ਇੰਤਕਾਲ ਦਾ ਪੈਂਡਿੰਗ ਸੀਗਾ, ਜਿਸ ਦੇ ਬਦਲੇ ਕੰਮ ਕਰਨ ਬਦਲੇ ਇਹ ਪੈਸਿਆਂ ਦੀ ਡਿਮਾਂਡ ਕਰ ਰਹੀ ਸੀ, ਜੋ ਕਿ ਇਸਦੀ ਡਿਮਾਂਡ 11,600 ਰੁਪਏ ਦੀ ਸੀਗੀ ਤੇ ਜੋ ਇਸਦੇ ਇਹਦੇ ਨਾਲ ਗੱਲਬਾਤ ਕਰਨ ਤੇ ਇਹਦੀ ਡੀਲ 9,500 ਰੁਪਏ ਦੇ ਵਿੱਚ ਹੋ ਗਈ, ਜਿਸ ਦੇ ਸੰਬੰਧ ਵਿੱਚ ਉਸਨੇ ਅੱਜ ਦਾ ਇਹਨੂੰ ਪਟਵਾਰੀ ਭੁਪਿੰਦਰ ਕੌਰ ਨੇ ਆਪਣੇ ਦਫ਼ਤਰ ਦੇ ਵਿੱਚ ਬੁਲਾਇਆ ਸੀਗਾ ਅਤੇ ਮੇਰੇ ਨਾਲ ਇਹਦੇ ਨਾਲ ਰਾਬਤਾ ਕਾਇਮ ਹੋਣ 'ਤੇ ਫਿਰ ਅਸੀਂ ਆਪਣੀ ਅੱਜ ਟੀਮ ਨਾਲ ਲਿਜਾ ਕੇ ਵਿਜੀਲੈਂਸ ਦੀ ਅਤੇ ਇਸ ਨੂੰ ਦਫ਼ਤਰ ਦੇ ਵਿੱਚ ਜਾ ਕੇ ਰਿਸ਼ਵਤ ਦੇ ਪੈਸੇ ਲੈਂਦੇ ਰੰਗੇ ਹੱਥੀਂ ਇਸ ਨੂੰ ਅਸੀਂ ਗ੍ਰਿਫਤਾਰ ਕਰ ਲਿਆ।